ਆਵਾਜੀ ਘਰ ਦਾ ਸਾਡਾ ਮੇਨ ਗੇਟ ਤੇ ਐਂਟਰ ਹੁੰਦਿਆਂ ਹੀ ਇਹਦੇ ਨਾਲ ਹੀ ਪਹਿਲਾਂ ਇੱਥੇ ਸਾਡੇ ਬਣੇ ਸੀ ਵਾਸ਼ਰੂਮ। ਵਾਸ਼ਰੂਮ ਦੇ ਨਾਲ ਜਿਹੜੀ ਫ੍ਰੀ ਜਗ੍ਹਾ ਪਈ ਸੀ ਥੋੜ੍ਹੀ, ਉੱਥੇ ਅਸੀਂ ਇੱਕ ਕਮਰਾ ਤਿਆਰ ਕਰਵਾ ਲਿਆ ਵਾ। ਅਜੇ ਤਾਂ ਸਾਰੇ ਖਿਲਾਰੇ ਹੀ ਆ, ਪਰ ਚਲੋ ਅਸੀਂ ਆਪਣੇ ਭੈਣ ਭਰਾਵਾਂ ਨੂੰ ਸੈਟਿੰਗ ਵਿਖਾ ਦਿੰਦੇ ਹਾਂ। ਦੇਖੋ ਕਮਰਾ ਇੱਥੇ ਸਾਰੀ ਸਾਫ਼ ਸਫਾਈ ਕਰਨਾ, ਜੇ ਪਲਸਤਰ ਹੋਣਾ ਵਾ, ਜਿਵੇਂ ਡਰੰਮ ਵਗੈਰਾ ਜਾਂ ਜੋ ਵੀ ਐਕਸਟਰਾ ਸਮਾਨ ਆ ਆਪਾਂ ਇੱਥੇ ਰੱਖ ਸਕਦੇ ਹਾਂ। ਅਤੇ ਆਹ ਨਾਲ ਹੀ ਆ ਹਵੇਲੀ ਸਾਡੀ, ਆਹ ਇੱਥੇ ਅਸੀਂ ਗੇਟ ਲਵਾ ਦਿੱਤਾ ਵਾ, ਆਹ ਨਾਲ ਥੋੜ੍ਹੀ ਜਿਹੀ ਕੰਧ ਕਰਵਾ ਕੇ, ਕਿਉਂਕਿ ਇੱਧਰ ਹਵੇਲੀ 'ਚੋਂ ਨਾ ਫਿਰ ਕੰਧ ਨੀਵੀਂ ਸੀ ਹਵੇਲੀ ਦੀ, ਅਤੇ ਕੁੱਤੇ ਵਗੈਰਾ ਸਾਰੇ ਵਿਹੜੇ 'ਚ ਆ ਜਾਂਦੇ ਸੀ, ਕਿਸੇ ਵੇਲੇ ਫੱਟ ਟੱਪ ਕੇ ਰਾਤ ਫਿਰਦੇ ਰਹਿੰਦੇ, ਕੋਈ ਬਰਤਨ ਵੀ ਬਾਹਰ ਪਿਆ ਹੋਵੇ ਜੂਠਾ ਕਰ ਦਿੰਦੇ ਸੀ। ਆਹ ਹਵੇਲੀ ਆ ਜੀ, ਵਿੱਚ ਜਾਮਨੂੰ ਦਾ ਟ੍ਰੀ ਵੀ ਸਾਡਾ ਵੱਡਾ ਹੋ ਗਿਆ, ਅਤੇ ਉਹ ਜਿਹੜਾ ਅਮਰੂਦ ਇਹਨੂੰ ਅਮਰੂਦ ਕਾਫੀ ਲੱਗ ਗਏ, ਬਾਅਦ 'ਚ ਵਿਖਾਵਾਂਗੇ। ਇੱਕ ਮਹਿੰਦੀ ਦਾ ਟ੍ਰੀ ਆ, ਅਤੇ ਬਾਕੀ ਜੀ ਕਮਾਦ ਦੇ ਅਤੇ ਹੁਣ ਨਾਮ ਨਿਸ਼ਾਨ ਥੋੜ੍ਹਾ ਜਿਹਾ ਹੀ ਰਹਿ ਗਿਆ। ਆਹ ਤਰੇਕ ਜਿਹੜੀ ਵੱਡੀ ਸੀ ਉਹ ਬਾਲਣ ਬਣਵਾਉਣ ਵਾਲਾ ਪਿਆ ਹਜੇ। ਠੀਕ ਹੈ, ਇੰਨਾ ਵਿਊ। ਅਤੇ ਆਹ ਨਾਲ ਹੀ ਹੁਣ ਆਹ ਡਰਾਇੰਗ ਰੂਮ ਦਾ ਆ ਗਿਆ, ਬਾਹਰਲੀ ਸਾਰੀ ਆਪਣੀ ਵਿੰਡੋ ਵਗੈਰਾ ਜਿਹੜੀ ਕਰਾਈ ਆ ਹੁਣ ਆਪਾਂ ਇੱਧਰ ਰੱਖਦੇ ਹਾਂ। ਆ ਸਾਰਾ ਇੱਧਰ ਦਾ ਸਾਰਾ ਤੁਸੀਂ ਦੇਖ ਲਿਆ ਹੁਣ, ਮੰਨ ਲਓ ਇੱਥੋਂ ਲੋਕੇਸ਼ਨ ਦੁਬਾਰਾ ਕਿ ਆਹ ਬਾਥਰੂਮ ਦੇ ਨਾਲ ਉਹ ਹਵੇਲੀ ਵਾਲਾ। ਆਹ ਹੁਣ ਇੱਧਰੋਂ ਆ ਗਿਆ ਜੀ ਆਪਣਾ ਐਂਟਰੀ ਕਰਦੇ ਹਾਂ ਬੇ ਡਰਾਇੰਗ ਰੂਮ, ਅਤੇ ਆਹ ਸਾਰੀ ਲੌਬੀ ਬਣ ਗਈ ਆ ਪੌੜੀਆਂ, ਇੱਧਰ ਪੌੜੀਆਂ ਦੇ ਨਾਲ ਆਹ ਜਿਹੜਾ ਨੀਚੇ ਹੁਣ ਸਰੀਏ ਜਿਹਾ ਇੱਥੇ ਕੰਧ ਹੋ ਜਾਣੀ ਆ, ਪੌੜੀਆਂ ਵੀ ਕਵਰ ਹੋ ਜਾਣੀਆਂ, ਅਤੇ ਆਹ ਸਾਰੀ ਆਪਣੀ ਬਹਿਣ ਖਲੋਣ ਵਾਸਤੇ ਲੌਬੀ ਬਾਹਰ ਬਾਹਰ ਬਣ ਗਈ ਗਰਮੀਆਂ 'ਚ ਸੌਣ ਬਹਿਣ ਲਈ ਵੀ ਰਾਤ ਨੂੰ ਕੋਈ। ਠੀਕ ਹੈ, ਅਤੇ ਆਹ ਹੁਣ ਇੱਧਰ ਸਾਡਾ ਆ ਗਿਆ ਜੀ ਡਰਾਇੰਗ ਰੂਮ, ਇਹਦਾ ਇਹ ਦਰਵਾਜ਼ਾ ਬਾਹਰ ਦੀ ਬਾਹਰ ਹੀ ਆ, ਵੀ ਚਲੋ ਕੋਈ ਭੈਣ ਭਰਾ ਕਿਸੇ ਵੇਲੇ ਆਪਾਂ ਨੂੰ ਹੁੰਦਾ ਵੀ ਆਪਣੇ ਘਰ 'ਚ ਮੇਨ ਹੈ ਨਾ, ਪ੍ਰਾਈਵੇਸੀ ਵੀ ਹੁੰਦੀ ਆਪਣੀ ਬੰਦੇ ਦੀ। ਇਹ ਹੈਗਾ 11x12 ਦਾ ਡਰਾਇੰਗ ਰੂਮ ਆ, ਅਤੇ ਉਹ ਜਿਹੜਾ ਉੱਥੇ ਜਗ੍ਹਾ ਛੱਡੀ ਉਹਦੇ ਉੱਪਰ ਇੱਕ ਲਗਾਉਣਾ ਛੋਟਾ ਜਿਹਾ ਤੰਦਰਾ ਟਾਈਪ, ਯਾਨੀ ਕਿ ਜਿਹੜੀ ਆ ਵੈਂਟੀਲੇਸ਼ਨ ਵਾਸਤੇ ਜਿਹੜੀ ਆਪਣੇ ਪ੍ਰੋਪਰ। ਹੁਣ ਇਹਦੇ ਅੰਦਰ ਬਾਹਰੋਂ ਹੀ ਆ ਵੇਖੋ, ਜਿੱਥੇ ਥੋੜ੍ਹਾ ਥੋੜ੍ਹਾ ਨਿਕਲੀਆਂ ਨਾ ਇੱਟਾਂ ਕੱਢੀਆਂ, ਇੱਥੋਂ ਦਰਵਾਜ਼ਾ ਕਢਾ ਦੇਣਾ ਵਾ ਜਿਹੜਾ ਮੇਨ ਸਾਰਾ ਅੰਦਰ ਸਾਡੀ ਐਂਟਰੀ ਵਾਸਤੇ, ਵੀ ਚਲੋ ਆਪਣੇ ਭੈਣ ਭਰਾ ਆਏ ਆ ਜਾਂ ਰਾਤ ਹੈ ਨਾ ਬੈਠੇ ਖਲੋਤੇ ਆਪਾਂ, ਤਾਂ ਵਾਰ ਵਾਰ ਲੌਬੀ ਥਾਣੀ ਹੋ ਕੇ ਨਾ ਆਉਣਾ ਪਵੇ ਆਪਾਂ ਨੂੰ। ਹੁਣ ਇਹਦੇ ਨਾਲ ਹੀ ਜੀ ਆ ਬਾਹਰ ਬਾਹਰ ਜਿਹੜਾ ਬਣਿਆ ਵਾ ਇਹ ਕਿਚਨ ਆ ਆਪਣਾ, ਇਹਦਾ ਹੁਣ ਮੈਂ ਤੁਹਾਨੂੰ ਅੰਦਰੋਂ ਸਾਰਾ ਦਿਖਾਉਂਦੀ ਹਾਂ। ਆਹ ਸਾਡਾ ਆ ਗਿਆ ਜੀ ਮੇਨ, ਜਿਹੜਾ ਪਹਿਲਾਂ ਜਿੰਨਾ ਬਣਿਆ ਸੀ ਉਹ ਦਰਵਾਜ਼ਾ ਸੀ, ਉੱਦਾਂ ਹੀ ਐਜ਼ ਇਟ ਰਹਿੰਦਾ ਵਾ। ਪਹਿਲਾਂ ਆਹ ਜਿਹੜੀ ਵਿੰਡੋ ਸੀ, ਇੱਧਰ ਕਿਚਨ ਸੀ ਆਪਣਾ, ਹੁਣ ਇਹਨੂੰ ਆਪਾਂ ਇੱਕ ਸਟੱਡੀ ਰੂਮ ਬੱਚਿਆਂ ਦਾ ਜਾਂ ਮਤਲਬ ਉਹ ਰੂਮ ਬਣਾ ਲੈਣਾ ਵਾ ਸਟੱਡੀ ਕਰਨ ਜਾਂ ਬੈਠੇ ਖਲੋਤੇ ਰਹਿਣ, ਸੋ ਉਹਨਾਂ ਨਾ ਐਕਸਟਰਾ ਰੂਮ ਆਪਣਾ ਬਣ ਗਿਆ। ਬਾਕੀ ਖਿਲਾਰੇ ਅਜੇ ਮੇਰੇ ਬਹੁਤ ਆ, ਕਿਉਂਕਿ ਇੱਕ ਤਾਂ ਮੈਂ ਬਿਮਾਰ ਵੀ ਕਾਫੀ ਰਹੀ ਹਾਂ ਅਤੇ ਫਿਰ ਮਿਸਤਰੀ ਵੀ ਲੱਗੇ ਰਹੇ ਆ। ਆਹ ਸਾਡੀ ਹੁਣ ਆ ਗਈ ਮੇਨ ਐਂਟਰੀ, ਐਂਟਰੀ ਦੇ ਹੁੰਦਿਆਂ ਹੀ ਇੱਧਰ ਆ ਜਿਹੜਾ ਡਰਾਇੰਗ ਰੂਮ ਦੇ ਨਾਲ ਸੀ ਸਾਡਾ, ਹੁਣ ਇਹ ਕਿਚਨ ਬਣਿਆ 7x7 ਦਾ, ਇਹਨੂੰ ਮਤਲਬ ਵਧੀਆ ਪ੍ਰੋਪਰ ਬਣਾ ਲੈਣਾ ਹੌਲੀ ਹੌਲੀ ਚਲੋ। ਅਤੇ ਇੱਧਰ ਆ ਜਿਹੜਾ ਵਰਾਂਡਾ ਸੀ ਸਾਡਾ, ਪਹਿਲਾਂ ਇੱਥੇ ਖਾਲੀ ਜਗ੍ਹਾ ਪਈ ਸੀ ਨਾ, ਵਰਾਂਡਾ ਸੀ ਯਾਨੀ ਕਿ ਟੋਟਲ, ਇੱਥੇ ਬਣ ਗਏ 2 ਬਾਥਰੂਮ। ਆਹ ਬਣ ਗਿਆ 6x7 ਦਾ ਬਾਥਰੂਮ। ਠੀਕ ਹੈ, ਇੱਥੇ ਉਹ ਵੈਂਟੀਲੇਸ਼ਨ ਲਈ ਆਪਾਂ ਵਿੰਡੋ ਦਵਾਈ ਆ ਉੱਪਰ, ਤੰਦਰਾ ਜਿਹਨੂੰ ਕਹਿ ਦਿੰਦੇ ਹਾਂ ਆਪਾਂ। ਅਤੇ ਇਹ ਬਣ ਗਿਆ ਆਪਣਾ 7x4 ਦਾ ਬਾਥਰੂਮ। ਹਾਂ, 2 ਬਾਥਰੂਮ ਇਸ ਲਈ ਆ ਵੀ ਚਲੋ ਕਿਸੇ ਵੇਲੇ ਗੈਸਟ ਜ਼ਿਆਦਾ ਆਏ ਹੁੰਦੇ ਆ ਜਾਂ ਸਵੇਰ ਸਵੇਰ ਤਿਆਰੀ ਤਿਊਰੀ ਦੀ ਕਿਸੇ ਨੂੰ ਪ੍ਰੋਬਲਮ ਨਾ ਆਵੇ, ਫਟਾਫਟ ਨਾ ਦਿਓ ਕਿ ਸਾਰੇ ਤਿਆਰ ਹੋ ਜਾਣ। ਇੱਕ ਜ਼ਿਆਦਾ ਵੱਡਾ ਤਾਂ ਕਿ ਉੱਧਰ ਮਸ਼ੀਨ ਵਗੈਰਾ ਵੀ ਰੱਖੀ ਜਾਏਗੀ। ਅਤੇ ਇਹ ਸਾਡਾ ਰੂਮ ਆ ਜੀ ਪਹਿਲੇ ਵਾਲਾ, ਕੱਪੜੇ ਉੱਪਰੇ ਸਭ ਖਿਲ ਰਹੇ ਕਿਉਂਕਿ ਬਰਸਾਤ ਦਾ ਕਰਕੇ ਨਾ, ਧੋ ਕੇ ਅੰਦਰ ਹੀ ਪਾਉਣੇ ਪੈਂਦੇ ਸਾਰੇ ਕੱਪੜੇ। ਠੀਕ ਹੈ, ਇੱਧਰ ਵੈਂਟੀਲੇਸ਼ਨ ਲਈ 2 ਵਿੰਡੋਜ਼ ਰਖਾਈਆਂ ਵਾ, ਹਵਾਦਾਰ ਚਲੋ ਘਰ ਹੋਵੇ ਤਾਂ ਵਧੀਆ ਵਾ। ਇਹਦੇ ਨਾਲ ਹੀ ਜੀ ਇਹ ਸਾਡਾ ਸਟੋਰ ਆ ਪਹਿਲਾਂ ਹੀ ਜਿਹੜਾ ਬਣਿਆ ਹੋਇਆ ਸੀ, ਅਤੇ ਇੱਧਰ ਹਜੇ ਸਾਰਾ ਸਮਾਨ ਇੱਦਾਂ ਹੀ ਰੱਖਿਆ ਰੁੱਖਿਆ ਵਾ, ਬਾਅਦ 'ਚ ਹੌਲੀ ਹੌਲੀ ਸੈਟਿੰਗ ਹੋਣੀ ਆ। ਹੁਣ ਮਤਲਬ ਘਰ ਦੀ ਹਾਲਤ ਜੇ ਕਾਫੀ ਖਰਾਬ ਹੀ ਹੈ ਤੁਹਾਨੂੰ ਮੈਂ ਦੱਸਾਂ ਵੈਸੇ ਸਫਾਈ ਵਜੋਂ, ਅਤੇ ਇਹ ਪਹਿਲੀ ਕਿਚਨ ਆ ਸਾਡੀ, ਇਹਨੂੰ ਹੁਣ ਆਪਾਂ ਰੂਮ ਬਣਾ ਲੈਣਾ ਵਾ। ਅਤੇ ਆਹ ਵਾ ਸਾਡਾ ਲਿਵਿੰਗ ਰੂਮ, ਐਮੂ ਜੁੱਟ ਵਜੇ ਸੁੱਤੇ ਆ, ਅੱਜ ਸਕੂਲ ਨਹੀਂ ਗਏ ਕਿਉਂਕਿ ਬਿਮਾਰ ਸੀ, ਖੰਘ ਜ਼ੁਕਾਮ ਬੁਖਾਰ ਸਾਰਾ ਕੁਝ ਹੀ ਹੋਇਆ ਪਿਆ ਵਿਚਾਰਿਆਂ ਨੂੰ। ਅਤੇ ਇਹ ਫਿਰ ਇੱਥੋਂ ਮੇਨ ਬਾਹਰ ਆਪਾਂ ਜਾਣ ਡੇ ਹਾਂ। ਆਹ ਲੌਬੀ ਆ ਦੁਬਾਰਾ ਸਾਰਾ ਇੱਕ ਵਾਰੀ,
ਅਤੇ ਆਹ ਦੇਖੋ ਸਾਰਾ ਆਹ ਇੰਨਾ ਕੁ ਰੱਖ ਲਿਆ ਵਿਹੜਾ ਥੋੜ੍ਹਾ ਬਹੁਤ, ਹੈ ਨਾ ਬਾਹਰ ਵੀ ਕਿਸੇ ਵੇਲੇ ਬੰਦੇ ਦਾ ਮਨ ਕਰਦਾ ਵਾ, ਕਿਉਂਕਿ ਹੁਣ ਆਪਾਂ ਗਾਂ ਗਾ ਕਿਸੇ ਵੇਲੇ ਪੌੜੀਆਂ ਵੀ ਨਹੀਂ ਚੜ੍ਹਨ ਦੀ ਹਿੰਮਤ ਹੁੰਦੀ ਬੰਦੇ ਦੇ, ਵੀ ਸਰਦੀਆਂ 'ਚ ਆਪਾਂ ਧੁੱਪੇ ਹੀ ਬਾਹਰ ਇੱਧਰ ਮੰਜਾ ਡਾ ਕੇ ਬੈਠ ਜਾਈਏ। ਇਹ ਸੀ ਜੀ ਸਾਡੇ ਘਰ ਦੀ ਲੋਕੇਸ਼ਨ। ਸੋ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਭੈਣ ਭਰਾਵਾਂ ਨੂੰ ਪਲੀਜ਼ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ। ਅਤੇ ਉੱਪਰ ਸੱਚ ਸੋਰੀ ਉੱਪਰ ਵੀ ਆਹ ਲੱਗ ਗਿਆ ਸਾਰਾ, ਹੈ ਨਾ, ਇੱਦਾਂ ਕਰਕੇ ਆਹ ਫਰੰਟ 'ਤੇ ਲਗਾਈ ਆ ਆਹ ਵਾਲੀ ਜਿਹੜੀ ਆਹ ਲਗਾਉਂਦੇ ਸਟੀਲ ਦੀ, ਆਪਾਂ ਕਿ ਇਹਨੂੰ ਰੇਲਿੰਗ ਵਗੈਰਾ ਜਾਂ ਜੋ ਵੀ ਕਹਿ ਲਓ ਯਾਰ, ਮਤਲਬ ਜਾਂ ਤੰਦਰਾ ਸੋਰੀ ਇਹਨੂੰ ਵਾਰਡ ਜੀ ਵੀ ਕਹਿ ਸਕਦੇ ਨਾ ਆਪਾਂ ਪੰਜਾਬੀ 'ਚ, ਸਿੱਧੀ ਗੱਲ ਆ, ਬਸ ਇੰਨਾ ਉਹ ਸਾਈਡ 'ਤੇ ਆ ਅਤੇ ਆਹ ਫਰੰਟ 'ਤੇ ਆ, ਬਾਕੀ ਚਾਰ ਚੁਫੇਰੇ ਜਿਹੜੀ ਆ ਉਹ ਇੱਟਾਂ ਦੀ ਆ, ਦੀਵਾਰ ਕਰਾਈ ਹੋਈ। ਦੇਖ ਉੱਪਰੋਂ ਵੀ ਮੈਂ ਤੁਹਾਨੂੰ ਇੱਕ ਵਾਰੀ ਵਿਖਾ ਹੀ ਰਹਾਂ, ਉੱਪਰ ਨਾ ਸਭ ਤੋਂ ਵਧੀਆ ਮੈਨੂੰ ਇਹ ਲੱਗਾ ਕਿ ਪੌੜੀਆਂ ਤੋਂ ਮਤਲਬ ਉੱਪਰ ਛੱਤ ਜਿਹੜੀਆਂ ਇੰਨੀ ਫੁੱਲੀ ਡੁੱਲੀ ਹੋ ਗਈਆਂ ਨਾ, ਵੀ ਬੱਚਿਆਂ ਦੇ ਖੇਡਣ ਦੀ ਇੱਕ ਤਾਂ ਹਵੇਲੀ ਬਣ ਜਾਣੀ ਪ੍ਰੋਪਰ, ਅਤੇ ਇੱਕ ਇੱਥੇ ਛੱਤ ਸਾਰੀ ਇੱਕ ਬਹੁਤ ਖੁੱਲ੍ਹੀ ਛੱਤ ਬਣ ਗਈ ਆ। ਸੈਰ ਕਰੋ ਜੋ ਮਰਜ਼ੀ, ਖੁੱਲ੍ਹੇ ਡੁੱਲੇ ਵੇਖੋ, ਕਿੰਨੀ ਵਧੀਆ ਲੋਕੇਸ਼ਨ ਲੱਗਦੀ ਆ। ਹੁਣ ਨਾ ਅੱਜ ਦੇ ਬੱਦਲ ਵੀ ਆ, ਵੈਸੇ ਤਾਂ ਮੌਸਮ ਮਾੜਾ ਪੰਜਾਬ ਲਈ, ਪਰ ਜੇ ਓਵਰਆਲ ਦੇਖੀਏ ਨਾ, ਵੀ ਚਲੋ ਪਰਸਨਲ ਬੰਦੇ ਨੇ ਕਹਿਣਾ ਵੀ ਹਾਂ ਸੋਹਣਾ ਮੌਸਮ ਆ, ਪਰ ਸੋਹਣਾ ਕਹਿ ਨਹੀਂ ਸਕਦੇ ਕਿਉਂਕਿ ਪੰਜਾਬ ਦੇ ਹਾਲਾਤ ਇਸ ਵਕਤ ਬਹੁਤ ਮਾੜੇ ਹੋ ਗਏ। ਦੇਖੋ ਚਾਰ ਚੁਫੇਰੇ ਇੱਦਾਂ ਜਿਵੇਂ ਸ਼ਿਮਲੇ ਆਏ ਹੁੰਦੇ ਨਾ, ਬਹੁਤ ਜ਼ਿਆਦਾ ਖੁੱਲ੍ਹੀ ਡੁੱਲੀ ਸਪੇਸ ਆ, ਵਧੀਆ, ਅਤੇ ਛੱਤ ਵੀ ਬਹੁਤ ਖੁੱਲ੍ਹੀ, ਜਿੱਦਾਂ ਮਰਜ਼ੀ ਬੱਚੇ ਚਾਹੇ ਆਪਣੇ ਚਾਹੇ ਗੈਸਟ ਆਏ ਉਹਨਾਂ ਦੇ ਵੀ ਆਪਣੇ ਭੈਣ ਭਰਾਵਾਂ ਦੇ ਬੱਚੇ ਹੋਣ, ਖੇਡਣ ਮਿਲਣ ਲਈ ਖੁੱਲ੍ਹੀ ਡੁੱਲੀ ਜਗ੍ਹਾ ਬਣ ਕੇ। ਸੋ ਇਹ ਸੀ ਜੀ ਸਾਡੇ ਘਰ ਦਾ ਓਵਰਵਿਊ। ਸੋ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਜਗ੍ਹਾ? ਇਹ ਸਾਡੀ ਇਹ ਸਾਰੀਆਂ ਚੀਜ਼ਾਂ ਨਾ ਪੰਜਾਬ 'ਚ ਹੀ ਲੱਭਦੀਆਂ, ਜਿਹੜੀ ਸਹੀ ਗੱਲ ਦੱਸਾਂ, ਕਿਉਂਕਿ ਆਪਣੀ ਧਰਤੀ ਆਪਣੀ ਹੁੰਦੀ ਆ, ਜਿੱਥੇ ਮਰਜ਼ੀ ਭੱਜ ਲਈਏ, ਪੈਸਾ ਕਮਾਉਣ ਦੇ ਚੱਕਰ 'ਚ ਕਈ ਵਾਰੀ ਚੈਨ ਹੀ ਗਵਾਚ ਜਾਂਦਾ ਬੰਦੇ ਦਾ। ਅਸੀਂ ਵੀ ਸ਼ਹਿਰਾਂ ਵੱਲ ਭੱਜਦੇ ਸੀ, ਪਰ ਹੁਣ ਅਕਲ ਆਈ ਆ ਵੀ ਜੋ ਸੁੱਖ ਇੱਥੇ ਆ ਉਹ ਸ਼ਹਿਰਾਂ 'ਚ ਨਹੀਂ ਮਿਲ ਸਕਦਾ। ਦੇਖੋ ਤੁਸੀਂ ਚਾਰ ਚੁਫੇਰੇ ਦਾ ਇਨਵਾਇਰਮੈਂਟ ਮਿਲਦਾ ਕਿਤੇ ਇਹੋ ਜਿਹਾ ਫਰੈਸ਼ ਹਵਾਦਾਰ ਖੁੱਲ੍ਹਾ ਮੁੱਲਾ ਇਨਵਾਇਰਮੈਂਟ। ਸੋ ਜੀ ਬਸ ਇੰਨੀ ਕੁ ਵੀਡੀਓ ਸੀ, ਕਿੱਦਾਂ ਦਾ ਲੱਗਾ ਤੁਹਾਨੂੰ ਸਾਰਿਆਂ ਨੂੰ ਪਲੀਜ਼ ਕਮੈਂਟ ਜ਼ਰੂਰ ਕਰਿਓ ਜੀ। ਧੰਨਵਾਦ।